ਕੀਤੀ ਵੀ ਆ ਦੇਖੋ ਪੁਰਾਣੇ ਵਲੋਗ ਸਾਡੇ ਬੜੇ ਐਨ ਪੂਰਾ ਪ੍ਰੋਗਰਾਮ ਬਣਾ ਕੇ ਅਸੀਂ ਬਾਹਰ ਵੀ ਜਾਂਦੇ ਹਾਂ ਲੋ ਵੀ ਮਿੱਤਰੋ ਆ ਗਿਆ ਐਸਟੋ ਹਸਪੀਟਲ ਅੱਜ ਸੋਚਿਆ ਦੋ ਚਾਰ ਕੰਮ ਹੀ ਕੀਤੇ ਜਾਣ ਬਾਈ ਹਜੇ ਸੁੱਤਾ ਪਿਆ ਮੈਂ ਉੱਠ ਖੜਿਆ ਕਿਉਂਕਿ ਬਾਈ ਨਾਈਟ ਡਿਊਟੀ ਕਰਕੇ ਉਹ ਤਾਂ ਸੌਂਗਾ ਕਾਫੀ ਟਾਈਮ ਮੈਂ ਤਾਂ ਉੱਠ ਖੜਦਾ ਨਾ ਟਾਈਮ ਅਤੇ ਗੱਡੀ ਦੀ ਇੱਕ ਹੈੱਡਲਾਈਟ ਨਹੀਂ ਚੱਲਦੀ ਆਪਣੀ ਪਿਛਲੇ ਕਈ ਮਹੀਨਿਆਂ ਤੋਂ ਨਾ ਹੀ ਆਪਾਂ ਸਹੀ ਕਰਾਉਂਦੇ ਛੇਤੀ ਹੈ ਨਾ ਤਾਂ ਸੋਚਿਆ ਉਹ ਹੈੱਡਲਾਈਟ ਪਵਾਈ ਜਾਵੇ ਜਾ ਕੇ ਅਤੇ ਵੈਲਕਮ ਬੈਕ ਆ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅਤੇ ਅੱਜ ਕਰਦੇ ਹਾਂ ਛੋਟੇ ਛੋਟੇ ਕੰਮ ਐਕਟੀਵਿਟੀ ਇੱਕ ਤਾਂ ਪਾਉਣੀ ਹੈ ਲਾਈਟ ਆਪਾਂ ਗੱਡੀ ਦੇ ਵਿੱਚ ਦੂਜਾ ਆਪਾਂ ਕਰਨੇ ਆ ਬੈਲ ਪੇ ਘਰ ਦੇ ਵੀ ਕਰਨੇ ਆ ਦੀਵਾ ਦੇ ਬੈਲ ਸਲੂਨਾਂ ਦੇ ਵੀ ਕਰਨੇ ਆ ਅਤੇ ਐਕਚੁਅਲ ਮੇਰੇ ਅਕਾਊਂਟ ਦੇ ਵਿੱਚ ਬੈਲੈਂਸ ਹੈ ਨਹੀਂ ਸੀਗਾ ਕੈਸ਼ ਪਿਆ ਮੈਂ ਨਾਲੇ ਤਾਂ ਆਪਾਂ ਗੱਡੀ ਦੀ ਹੈੱਡਲਾਈਟ ਪਵਾ ਲਾਂਗੇ ਅਤੇ ਦੂਜਾ ਆਪਾਂ ਕੀ ਕਹਿੰਦੇ ਹੁੰਦੇ ਆ ਬੈਂਕ 'ਚ ਪੈਸੇ ਪਾਵਾਂਗੇ ਤਾਂ ਕਿ ਆਪਾਂ ਬੈਲ ਪੇ ਕਰ ਸਕੀਏ ਹੋਰ ਕੌਣ ਨਹੀਂ ਜਦ ਤੱਕ ਹੌਲੀ ਹੌਲੀ ਟਾਈਮ ਨਿਕਲੂਗਾ ਬਾਈ ਉੱਠੂਗਾ ਅੱਜ ਪਲੈਨ ਹੈ ਸਾਡਾ ਸ਼ਾਇਦ ਮੂਵੀ ਜਾਈਏ ਮੂਵੀ ਦੇਖਣ ਦਾ ਪਲੈਨ ਹੈ ਬਹੁਤ ਟਾਈਮ ਹੋ ਗਿਆ ਯਾਰ ਕੋਈ ਮੂਵੀ ਨਹੀਂ ਦੇਖੀ ਔਰ ਜਵਾਨ ਦੇ ਰਿਵਿਊ ਇੰਨੇ ਸੋਹਣੇ ਆ ਰਹੇ ਆ ਤਾਂ ਸੋਚਿਆ ਆਪਾਂ ਦੇਖ ਹੀ ਲਈਏ ਯਾਰ ਇੰਨੇ ਮਹੀਨਿਆਂ ਬਾਅਦ ਮੂਵੀ ਤਾਂ ਬਣਦੀ ਆ ਸੋ ਚਲੋ ਪਹਿਲਾਂ ਆਪਾਂ ਚੱਲੀਏ ਹੈੱਡਲਾਈਟ ਪਾਉਣ ਸੰਡੇ ਅੱਜ ਦੁਕਾਨਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਕਾਫੀ ਟਾਈਮ ਵੀ ਹੋ ਗਿਆ ਹੁਣ ਤਾਂ ਓਪਨ ਹੋ ਜਾਵੇ ਤਾਂ ਵਧੀਆ ਵਾ ਨਹੀਂ ਸ਼ਾਮ ਨੂੰ ਗੇੜਾ ਲਾਊਂਗਾ ਜਾਂ ਦੁਪਹਿਰ ਨੂੰ ਵਟ ਐਵਰ ਜਾਂ ਕੱਲ੍ਹ ਨੂੰ ਹੈੱਡਲਾਈਟ ਪਵਾਉਣੀ ਆ ਰਾਤ ਨੂੰ ਔਖਾ ਹੁੰਦਾ ਜਦੋਂ ਇੱਕ ਸਾਈਡ ਚੱਲਦੀ ਆ ਦੂਜੀ ਸਾਈਡ ਚੱਲਦੀ ਨਹੀਂ ਅਤੇ ਜਦੋਂ ਪੁਲਿਸ ਦੀ ਗੱਡੀ ਕੋਲ ਦੀ ਲੰਘਦੀ ਆ ਐਵੇਂ ਆਪ ਨੂੰ ਹੀ ਡਰ ਲੱਗੀ ਜਾਂਦਾ ਸੋ ਬੈਟਰ ਆ ਪੁਲਿਸ ਰੋਕਣ ਤੋਂ ਪਹਿਲਾਂ ਆਪਾਂ ਹੈੱਡਲਾਈਟ ਪਵਾ ਲਈ ਉੱਦਾਂ ਵੀ ਬਹੁਤ ਮਹੀਨੇ ਕਢਾ ਦਿੱਤੇ ਤਾਂ ਹੁਣ ਆਪਣੀ ਲਾਈਟ ਪਾਉਣੀ ਜ਼ਰੂਰੀ ਆ ਚਲੋ ਫਿਰ ਨੇੜੇ ਹੀ ਆਪਣੇ ਸ਼ੋਪਸ ਤਾਂ ਬਸ ਉਹ ਓਪਨ ਹੋਣੀਆਂ ਚਾਹੀਦੀਆਂ ਲੋ ਬਾਈ ਅੱਜ ਸੰਡੇ ਆ ਟ੍ਰੈਫਿਕ ਹੈ ਨਹੀਂ ਗਾ ਸੜਕਾਂ ਖਾਲੀ ਨੇ ਮਸਾਂ ਹੀ ਆਪਾਂ ਨੂੰ 4 ਕੁ ਮਿੰਟ ਲੱਗਣਾ 3-4 ਮਿੰਟ ਉਹ ਮਾਰਕੀਟ 'ਚ ਪਹੁੰਚਣ ਲਈ ਅਤੇ ਇੰਨਾ ਟਾਈਮ ਤਾਂ ਲੱਗਦਾ ਨਹੀਂ ਇੱਥੇ ਦੁਬਈ 'ਚ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਟਾਈਮ ਲੱਗਦਾ ਵਾ ਟ੍ਰੈਫਿਕ ਕਰਕੇ ਜੇ ਟ੍ਰੈਫਿਕ ਨਹੀਂ ਹੈਗਾ ਰੋਡ ਖਾਲੀ ਨੇ ਤਾਂ ਬਸ 10-15 ਮਿੰਟ 'ਚ ਤੁਸੀਂ ਕਿਤੇ ਵੀ ਪਹੁੰਚੋ ਦੁਬਈ ਦੇ ਕਿਸੇ ਵੀ ਐਂਡ 'ਚ ਚਲੋ ਮੈਂ ਅੰਦਰ ਜਾਂਦਾ ਪੁੱਛ ਲੈਂਦਾ ਤੂੰ ਬੱਲਬ ਬੁੱਲਬ ਹੈਗਾ ਜਾਂ ਨਹੀਂ ਹੈੱਡਲਾਈਟ ਦਾ ਓਕੇ ਦੈਨ ਉਹ ਵੀ ਮਿੱਤਰੋ ਬੱਲਬ ਤਾਂ ਲੈ ਲਿਆ ਆਪਾਂ ਅਤੇ ਬੱਲਬ ਤਾਂ ਲੈ ਲਿਆ ਜਿਹੜਾ ਫਿਊਜ਼ ਆ ਜਾਂ ਖਰਾਬ ਆ ਵਟ ਐਵਰ ਅਤੇ ਟਰਾਈ ਕੀਤਾ ਇਹਨੇ ਪਾਉਣ ਦਾ ਸਪੇਅਰ ਪਾਰਟ ਵਾਲੇ ਨੇ ਬਟ ਇਹਨੂੰ ਹੱਲ ਮਿਲਿਆ ਨਹੀਂ ਕੋਈ ਹੁਣ ਮੈਨੂੰ ਮਕੈਨਿਕ ਕੋਲ ਜਾਣਾ ਪੈਣਾ ਉਹੀ ਖੋਲ ਖੋਲ ਕੇ ਪਾਊਗਾ ਇਹਦੇ ਬੱਸ ਦਾ ਰੋਕ ਪਿਆ ਨਹੀਂ ਉੱਦਾਂ ਨੋਰਮਲੀ ਜੇ ਪੈਂਦਾ ਹੁੰਦਾ ਇੱਥੇ ਸਪੇਅਰ ਪਾਰਟ ਵਾਲੇ ਆਪ ਹੀ ਪਾ ਦਿੰਦੇ ਆ ਤਾਂ ਹੁਣ ਆਪਾਂ ਸਪੇਅਰ ਪਾਰਟ ਦਾ ਕੰਮ ਨਿਬੜਿਆ ਕੱਲ੍ਹ ਆਪਣੇ ਕੋਲ ਹੈਗਾ ਵਾ ਅਤੇ ਹੁਣ ਆਪਾਂ ਜਾਣਾ ਵਾ ਮਕੈਨਿਕ ਕੋਲ ਆਖੜੀਆਂ ਗੱਡੀਆਂ ਕੰਮ ਕਰਾਉਣ ਵਾਲੀਆਂ ਲੈ ਓਡੀ ਖੜੀ ਆ ਰੇਂਜ ਖੜੀ ਆ ਆਪਾਂ ਆ ਗਏ ਆਪਦੇ ਪੁਰਾਣੇ ਬੰਦੇ ਕੋਲ ਚਾਚੇ ਕੋਲ ਲਓ ਬਈ ਚਾਚਾ ਤਾਂ ਆਪਣਾ ਹੈ ਨਹੀਂ ਗਾ ਛੱਡ ਗਿਆ ਇੱਥੋਂ ਅਤੇ ਉਹਦੀ ਜਗ੍ਹਾ ਨਵਾਂ ਬੰਦਾ ਉਹਨੇ ਪਾਤਾ ਮਿੰਟ ਮਾਰਿਆ ਕੰਮ ਤਾਂ ਜ਼ਿਆਦਾ ਹੁੰਦਾ ਨਹੀਂ ਬੱਲ ਵੀ ਪਾਉਣਾ ਹੁੰਦਾ ਬਸ ਪਵਾ ਕੇ ਹੁਣ ਆਪਾਂ ਚੱਲੀਏ ਬੈਂਕ ਤਾਂ ਕਿ ਪੈਸੇ ਟ੍ਰਾਂਸਫਰ ਕਰੀਏ
कुल मिला के मैनू घरों तुर के बल्ब चेंज हो गया। बल्ब चेंज कराउण दे विच मसा 15 मिनट लगे होने, जिहदे विच घरों मैं शॉप ते गया स्पेयर पार्ट दी, ते स्पेयर पार्ट दी शॉप ते गया, उतों चेंज नहीं होया ते मकैनिक ते आ गया, मकैनिक ने चेंज करता, मसा ही 15 मिनट लगे होने सारे कासे च। ते इहदी खातरे मैं कहना 3-4 महीने बाई ने बल्ब नहीं चेंज किया, टाइम बस इन्ना की लगना सी, ओदा ही एक लाइट से लई फिरदा, रात नूं जाने दिन तो सर जाता, रात नूं जाने एक हेडलाइट उसने दे लिया, फाइन आ जाना सी। चलो हुण ओके आ, काम अपना हो गया। बाहर गर्मी बहुत ज़्यादा वा, निकल नूं जमा मन नहीं करता। तो बल्ब तो चेंज हो गया, खराब बल्ब 3-4 महीनों का, सिर्फ अंदर तां रखिया, मैं वीडियो दिखाउणा सी, सट दांगे निकल लगे। हुण आपां चलदे आ बैंक, थोड़े पैसे पा लिए, कैश आ मेरे कोल, कैश हुण अकाउंट च पाऊंगा, ताइयो दीवारे बिल दिते जाने, ट्रांसफर होणगे, फिर वो करके अपने ये तो दो काम निबणगे, बाकी कोई काम है नहीं। आपां नूं सैलून जाना वा, तो एक अज मूवी का प्लैन आ, जे बाई उठ के उहदा मन बणे आपां मूवी देख लीए। चलो जी मिलदे आ, बड़ी ईजी वधिया संडे नूं आए यार, रश नहीं सन, इन्हां कोल रश आ। ते दूजा अपना चाचा हुंदा सी यार इत्थे मकैनिक, जी तो आपां सर्विस वगैरह सारे काम कराउंदे हुंदे सीगे, मसटैंग दा वी कर दिंदा सी, उह वधिया सीगा। ते हुण इह पता नहीं मकैनिक, दुबारा चैक करना पैणा कहि जावा किद्दां दा, जां चाचे नूं फोन करूंगा वी कित्थे चला गया उह, वधिया बंदा सीगा। ते इहने वी पैसे पैसे पा के आह ला के अपना बल्ब चेंज करके पैसे नहीं लैंदा सीगा, कहिंदा रहण दो जनाब भी जाओ, 2 मिनट ही लगे उहनूं चेंज करन दे विच, बट फिर भी नहीं तो आपां चेंज कीता तां आपां उहनूं सेवा पाणी कर ही दित्ता। तां हुण चाचा लभदे आ जां इहनूं परखदे आ, इह किहो जिहा बंदा वा, हैना औखा हो जांदा वारी वारी, थोड़े मकैनिक चेंज नहीं हुंदे, पता नहीं वधिया जां माड़ा। गड्डियां तां इहदे कोल भी चंगीआं खड़ीआं, रेंज रोवर भी खड़ी आ, ऑडी भी खड़ी आ इधर, ते रूबीकॉन भी खड़ी आ, तो गड्डी तेरे को भी माड़ी नहीं खड़ी है ना, मकैनिक वधी होगा, चलो करा लांगे। चलो भाई पहुंच गए आप बैंक, पैसे जमा करिए ते बिल पे करिए। आप संडे दी एक मौज तो है, बंदे नूं टाइम नहीं लगता जमा ही, नहीं तो इत्थे लाइन बहुत वड्डी लगी होंदी है, लाइन अद्धा घंटा पौना घंटा लाइन च कढ़ना पैंदा बंदे नूं, एड्डी वड्डी लाइन हुंदी आ। इह मौज आ संडे दी। चलो भाई हुण दो काम सी अपने हो गए फिनिश, हुण चलदे आ घरे, ब्रेकफास्ट मैं अजे कीता नहीं, जाके ब्रेकफास्ट करना वा, खा पी के फिर बाकी प्लान बाद च देखदे आ। बाय बाय, वेलकम है जी मेरा व्लॉग दे विच क्योंकि सलीम ने व्लॉग स्टार्ट किया हुआ वा, तो मैं हुण उठिया सौं के बज रहे 12:30, की टाइम है भाई 12:30 क्यों, तो हाँ 12:30 हो गए दिन दे, अज हैगा संडा ओए, ते मैं नाइट ड्यूटी करके आया सीगा, ते सोना तो मैं 4-5 बजे तक सीगा, लेकिन अपने घर दे विच कुछ क नमूने हैगे ने छोटे छोटे, ਤੇ ਉਹਨਾਂ ਨੇ ਰੋਣਾ ਸਟਾਰਟ ਕੀਤਾ ਤਾਂ ਮੈਂ ਡਿਸਟਰਬ ਹੋ ਗਿਆ। ਹੈਂ ਪਰੌਂਠੇ ਮਤਲਬ ਦਾਲ ਵਾਲੇ ਪਰੌਂਠੇ, ਤੁਹਾਨੂੰ ਪਤਾ ਆਪਾਂ ਸੰਡਾ ਤੇ ਅੱਜ ਬੰਦਾ ਲੱਗਿਆ ਹੋਇਆ, ਮੈਂ ਉਹਦੀ ਸੇਵਾ ਕਰਦਾ ਹੁੰਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਆ ਲਓ
ਇਹ ਹੈਗਾ ਸੰਡਾ ਇਹ ਬਿਗ ਬਾਸ ਸਿੰਪਲ ਦਾਲ ਵਾਲੇ ਪਰੌਂਠੇ ਅਚਾਰ ਤਰ੍ਹਾਂ ਤਰ੍ਹਾਂ ਦਾ ਅਚਾਰ ਮੈਂ ਇੰਡੀਆ ਤੋਂ ਲੈ ਕੇ ਆਇਆ ਸੀਗਾ ਤੇ ਬਟਰ ਹੋ ਗਿਆ ਪਿਛਲੇ ਬਲੌਗ ਚ ਅਗਰ ਤੁਸੀਂ ਦੇਖੋਗੇ ਮੈਂ ਆਮ ਲੁਕਸ ਲਾਈਕ ਬੁੱਢਾ ਧੋਲੇ ਧੋਲੇ ਤੇ ਆਪਾਂ ਗਰੂਮਿੰਗ ਗਰੂਮਿੰਗ ਕਰਾ ਕੇ ਪੇਂਟ ਸ਼ੇਂਟ ਲਾ ਕੇ ਨਾ ਬਈ ਐਨ ਆਪਦੇ ਆਪ ਨੂੰ ਜਵਾਨ ਬਣਾ ਲਿਆ ਏਦਾਂ ਲੱਗਦਾ ਹਨਾ ਔਰ ਆਫੂ ਇਹ ਪਿਆ ਬਿਮਾਰ ਇਹਨੂੰ ਮੈਂ ਕਿਹਾ ਹੋਸਪਿਟਲ ਜਾਇਆ ਇਹ ਕਹਿੰਦੀ ਮੈਂ ਡੈਡਾ ਨਾਲ ਹੀ ਜਾਣਾ ਬਟ ਆਈ ਡੋਂਟ ਹੈਵ ਅ ਟਾਈਮ ਅਤੇ ਔਰ ਉਹ ਜ਼ਾਕੀ ਲੱਗਿਆ ਹੋਇਆ ਅਤੇ ਆਪਦੇ ਵਲੌਗ ਛੱਡ ਕੇ ਅਸੀਂ ਲੋਕਾਂ ਦੇ ਵਲੌਗ ਦੇਖਦੇ ਹਾਂ ਲੇਕਿਨ ਇਹ ਵਧੀਆ ਅਤੇ ਅਤੇ ਸਿੱਧੂ ਪਹਿਲਾਂ ਦੇ ਵਲੌਗ ਦੇ ਵਿੱਚ ਤੁਸੀਂ ਦੇਖ ਲੈਣਾ ਗਿਆ ਬਾਹਰ ਲਾਈਟ ਲੂਟ ਚੇਂਜ ਕਰਾਈ 2-3 ਮਹੀਨੇ ਬਾਅਦ ਕਿਉਂਕਿ ਖਰਾਬ ਹੋ ਗਈ ਸੀ ਗੱਡੀ ਲਾਈਟ ਉਹ ਮੈਂ ਜ਼ਿਆਦਾ ਬਿਜ਼ੀ ਹੋਣ ਕਰਕੇ ਕੁਛ ਕਰ ਦੇਣ ਗਿਆ ਲੀਆਂ 15 ਦਰਾਮ ਦੀ ਲਾਈਟ ਆਈ ਅਤੇ ਅਸੀਂ 1500 ਦਾ ਨੁਕਸਾਨ ਕਰਾ ਕੇ ਫਿਰ ਉਹ ਚੀਜ਼ਾਂ ਕਰਵਾਉਂਦੇ ਹਾਂ ਠੀਕ ਹੈ ਜੀ ਹੁਣ ਮਿਲਦਾ ਮੈਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਲਾਈਫ 'ਚ ਕੀ ਐਂਟਰ ਹੋਣ ਜਾ ਰਿਹਾ ਅਤੇ ਕੀ ਅਸੀਂ ਮਤਲਬ ਕਰਾਂਗੇ ਹੁਣ ਅੱਗੇ ਹੈ ਨਾ ਪਲਾਨ ਤਾਂ ਅੱਜ ਸੰਡੇ ਆ ਕੁਛ ਵੀ ਹੋ ਸਕਦਾ ਵਾਹ ਮਿਲਦੇ ਹਾਂ ਬਾਅਦ ਵਿੱਚ ਫਿਰ ਕਿਉਂ ਬਈ ਹਾਂ ਵੀ ਦੋਸਤੋ ਕੀ ਹਾਲ ਚਾਲ ਨੇ ਆਪਣੀ ਹੋ ਗਈ ਈਵਨਿੰਗ ਉਹ ਵੀ ਗੁੱਡ ਵਾਲੀ ਠੀਕ ਆ ਅਤੇ ਹੁਣ ਆਪਾਂ ਚੱਲਿਆ ਬਾਹਰ ਫੈਮਲੀ ਬਾਹਰ ਕਿੱਥੇ ਲਿਆ ਬੱਚੇ ਨੂੰ ਬੁਖਾਰ ਚੜ ਗਿਆ ਇਹਨੂੰ ਅਤੇ ਹੋਸਪਿਟਲ ਲੈ ਕੇ ਜਾ ਰਿਹਾ ਮੈਂ ਇਹਨੂੰ ਕਿੱਥੇ ਕਿਹੜੀ ਆ ਗਈ ਮੂਹਰੇ ਵਾਲੀ ਆ ਲਿਫਟ ਦਾ ਵੇਟ ਹੋ ਰਿਹਾ ਵਾ ਅਤੇ ਜਾਂਦੇ ਹਾਂ ਅੱਜ ਫਿਰ ਤੁਹਾਨੂੰ ਦੱਸ ਦਿਆਂ ਮਾਹੌਲ ਕੀ ਬਣਦਾ ਅੱਗੇ ਵਾਲਾ ਹੈ ਕਿ ਨਹੀਂ ਅਤੇ ਆਪਾਂ ਜਾਣਾ ਹੋਸਪਿਟਲ ਹੋਸਪਿਟਲ ਫਿਰ ਜਾਣਾ ਅਜਮਾਨ ਅਜਮਾਨ ਦੇਖਣਾ ਚੱਲ ਠੀਕ ਆ ਚਲੋ ਦੋਸਤੋ ਮਿਲਦੇ ਫਿਰ ਗੱਡੀ ਦੇ ਵਿੱਚ ਫਿਰ ਗੱਲਾਂ ਬਾਤਾਂ ਕਰਦੇ ਹਾਂ ਹੋਸਪਿਟਲ ਇਹਨੂੰ ਲੈ ਕੇ ਜਾਣਾ ਬੁਖਾਰ ਚੜ ਗਿਆ ਅਤੇ ਕੰਮ ਧੰਦੇ ਚੱਲਦੇ ਰਹਿਣੇ ਚਾਹੀਦੇ ਹੈ ਕਿ ਨਹੀਂ ਬਬਾਸ ਓਏ ਜ਼ਾਕੀ ਤੂੰ ਐਂ ਬੋਲ ਸਕਦਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਬੋਲ ਦੇ ਤਾਂ ਯਾਰ ਬੋਲ ਦੇ ਆੜੀ ਨਹੀਂ ਫਿਰ ਆਪਣਾ ਕਿਹਦਾ ਨਾਮ ਨਹੀਂ ਲੈ ਸਕਦਾ ਅੱਛਾ ਤੂੰ ਆਫੂ ਨਹੀਂ ਤਾਂ ਕਿਹਾ ਸੀਗਾ ਸਕ੍ਰੈਬ ਚੈਨਲ ਓਕੇ ਗਾਇਸ ਚੈਨਲ ਸਕ੍ਰੈਬ ਇੱਦਾਂ ਹੀ ਕਿਹਾ ਸੀ ਹੈ ਨਾ ਇੱਦਾਂ ਹੀ ਕਿਹਾ ਸੀ ਹੁਣੇ ਸ਼ੂਜ਼ ਪਾਇਆ ਮੈਨੂੰ ਲੱਗਦਾ ਤੂੰ ਐਂ ਲੰਘ ਮਾਰ ਕੇ ਕਿਉਂ ਚੱਲਦਾ ਜਵਾਕ ਆ ਜਿੱਦੀ ਬਹੁਤ ਆ ਇਹ ਸਾਰਾ ਦਿਨ ਘੜਮਾ ਸਫਾਈ ਰੱਖਦਾ ਹੈ ਕਿ ਨਹੀਂ ਸਲੀਮ ਕੁੱਟਦਾ ਵੀ ਬੜਾ ਯਾਰ ਆਪਾਂ ਨੂੰ ਤਾਂ ਚਲੋ ਜੀ ਅਤੇ ਆਪ ਉਹਦੇ ਬਾਰੇ ਮੈਟਰ ਚੱਲ ਰਿਹਾ ਕਿ ਮੈਡੀਕਲ ਲੀਵ ਉਹਨੂੰ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਕਿ ਨਹੀਂ ਜੇ ਤਾਂ ਆਪੂ ਰਹਿ ਗਿਆ ਸਾਰੀ ਰਾਤ ਓਕੇ ਫਿਰ ਤਾਂ ਸਵੇਰੇ ਜਾਊਗਾ ਸਕੂਲ ਜੇ ਉਹਨੂੰ ਬੁਖਾਰ ਨਹੀਂ ਉਤਰਿਆ ਔਰ ਹੈਲਥ ਪ੍ਰੋਬਲਮ ਹੋਈ ਫਿਰ ਛੁੱਟੀ ਸਹੀ ਹੈ ਜ਼ਾਕੀ ਆਪਾਂ ਉਹਨੂੰ ਟੈਨਸ਼ਨ ਨਹੀਂ ਦੇਣੀ ਸਕੂਲ ਬੱਚਾ ਜਾਵੇ ਜਾਂ ਨਾ ਜਾਵੇ ਪ੍ਰੈਸ਼ਰਾਈਜ਼ ਕੋਈ ਨਹੀਂ ਆਪਦੀ ਮਨ ਮਰਜ਼ੀ ਕੀ ਕਹਿੰਦੇ ਹੁੰਦੇ ਤੁਸੀਂ ਮੇਰੀ ਮਰਜ਼ੀ ਮੇਰੀ ਮਰਜ਼ੀ ਕਹਿੰਦੇ ਮੇਰੀ ਮਰਜ਼ੀ ਹੈ ਠੀਕ ਹੈ ਮਾਹੌਲ ਵਧੀਆ ਬਣਿਆ ਹੋਇਆ ਸ਼ਾਮ ਦਾ ਦਿਨੇ ਅੱਜ ਆਪਾਂ ਸੁੱਤੇ ਹਾਂ ਸਾਰਾ ਅਤੇ ਇਹ ਤਾਂ ਚੱਲ ਰੋਡੀਜ਼ ਦੇਖਦਾ ਹੁੰਦਾ ਨਵਾਂ ਰੋਡੀਜ਼ ਫੈਨ ਬਣਿਆ ਇਹ ਹੈ ਕਿ ਨਹੀਂ ਟਾਈਮ ਪਾਸ ਹੁੰਦਾ ਬਾਈ ਹਾਂ ਅਤੇ ਹੁਣ ਆਪਾਂ ਜਾ ਰਹੇ ਸਿੱਧਾ ਐਸਟਰ ਹੋਸਪਿਟਲ ਆਪਣੇ ਘਰਾਂ ਦੇ ਨੇੜੇ ਆ 2 ਮਿੰਟ ਦਾ ਰਾਹ ਵਾ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਵੇ ਮਿਲਾਉਣਾ ਤੁਹਾਨੂੰ ਐਸਟਰ ਹੋਸਪਿਟਲ ਵਾ ਲਓ ਵੀ ਮਿੱਤਰੋ ਆ ਗਿਆ ਐਸਟਰ ਹੋਸਪਿਟਲ ਤੁਹਾਨੂੰ ਆਪਾਂ ਦਿਖਾ ਦੇਣਾ ਰਾਹ ਇਹਦਾ ਪ੍ਰੋਪਰ ਵਧੀਆ ਕਿੰਨੇ ਵਜੇ ਤੁਰੇ ਸੀ ਆਪਾਂ ਤੇ 9 ਵਜੇ ਤੋਂ ਲੈ ਕੇ ਹੁਣ ਵਜੇ ਤੱਕ ਤੇ ਮਿੰਟ 2 ਹੀ ਲੱਗੇ ਆਪਾਂ ਐਮਰਜੈਂਸੀ ਆ ਮਤਲਬ ਐਮਰਜੈਂਸੀ ਗੇਟ ਦੇ ਮੂਹਰੇ ਆਪਾਂ ਗੱਡੀ ਰੋਕੀ ਆ ਹੈ ਨਾ
ਵੈਸੇ ਆਪਾਂ ਵੀਡੀਓ ਬੰਦ ਕਰਤੀ ਸੀਗੀ ਚੰਗਾ ਨਹੀਂ ਹੁੰਦਾਗਾ ਹਸਪੀਟਲਾਂ ਦੇ ਵਿੱਚ ਵੀਡੀਓ ਬਣਾਉਣਾ ਬੰਦੇ ਸਾਰੇ ਖੁਸ਼ੀ ਨਾਮੇ ਤਾਂ ਕੋਈ ਆਉਂਦਾ ਨਹੀਂ ਹੈਗਾ ਸਾਰੇ ਤੁਹਾਨੂੰ ਪਤਾ ਹੀ ਹੈ ਹਨਾ ਪਾਰਕਿੰਗ ਬਣਾਤੀ ਇੱਥੇ ਨਾ ਆਹੋ ਵਧੀਆ ਸ਼ੈਡਡ ਪਾਰਕਿੰਗ ਬਣਾਤੀ ਆ ਮੈਨੂੰ ਮੇਰੀ ਗੱਡੀ ਧੁੱਪੇ ਖੜਦੀ ਹੁੰਦੀ ਜਿੱਥੇ ਤੇ ਮੈਂ ਉਹ ਸ਼ੈਡਡ ਪਾਰਕਿੰਗ ਬਣਾਤੀ ਆ ਕਹਿ ਕੇ ਇਹਨਾਂ ਨੂੰ ਉਹ ਨਿਕਲ ਗਈ ਬਾਈ ਸਾਹਮਣੇ ਤੇ ਜਾਂਦੇ ਅੰਦਰ ਅੰਦਰ ਵਾਲਾ ਮਾਹੌਲ ਜੇ ਹੋਇਆ ਤਾਂ ਆਪੂ ਦੀ ਇਕੱਲੀ ਦੀ ਵੀਡੀਓ ਬਣਾ ਲਾਂਗੇ ਇੱਕ ਅੱਧਾ ਕਲਿੱਪ ਅਦਰਵਾਈਜ਼ ਨਹੀਂ ਠੀਕ ਆ ਜੀ ਮਿਲਦੇ ਹਾਂ ਫਿਰ ਆਪਾਂ ਵਲੌਗ ਵਧੀਆ ਵਧੀਆ ਆਉਣਗੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੁਣ ਪ੍ਰੋਗਰਾਮ ਬਣਾ ਲਿਆ ਅਤੇ ਟਾਈਮ ਕੱਢਾਂਗੇ ਜ਼ਰੂਰ ਆਪਦੀ ਜੋਬਾਂ ਜੂਬਾਂ ਨੂੰ ਸਾਈਡ ਰੱਖ ਕੇ ਅਤੇ ਕਿਉਂਕਿ ਜੋਬ ਵੀ ਜ਼ਿਆਦਾ ਇੰਪੋਰਟੈਂਟ ਹੈ ਜੋਬ ਨਹੀਂ ਹੈਗੀ ਤਾਂ ਬੰਦਾ ਇੱਥੇ ਦਾ ਕੋਈ ਸਰਵਾਈਵ ਨਹੀਂ ਕਰ ਸਕਦਾ ਇੱਕ ਸਕਿੰਟ ਨਹੀਂ ਸਰਵਾਈਵ ਹੋ ਸਕਦਾ ਦੁਬਈ ਦੇ ਵਿੱਚ ਤਾਂ ਕਰਕੇ ਅਤੇ ਅਸੀਂ ਆਪਣੇ ਖੇਮਾ 'ਤੇ ਜਾ ਸਕਾਂ ਹੈ ਇੱਦਾਂ ਹੀ ਕਹਿੰਦੇ ਹੁੰਦੇ ਆ ਇੱਦਾਂ ਹੀ ਕਹਿੰਦੇ ਹੁੰਦੇ ਆ ਬਸ ਅਤੇ ਸਾਨੂੰ ਮਾਫ਼ ਕਰਿਓ ਬਟ ਸਾਡੇ ਵਲੌਗ ਹੋਪ ਯੂ ਲਾਈਕ ਇਟ ਮਤਲਬ ਅਸੀਂ ਕਰਾਂਗੇ ਮਤਲਬ ਜੋ ਲੈ ਕੇ ਆਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਡਾ ਸਪੋਰਟ ਸਾਡਾ ਸਾਥ ਦਿਓ ਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਕਰੋਗੇ ਗੱਲ ਕੁਛ ਨਹੀਂ ਯਾਰ ਮਤਲਬ ਬੰਦੇ ਨੂੰ ਬੰਦੇ ਨੇ ਆਪਦੀ ਲਾਈਫ ਨਾਲ ਵੀਡੀਓ 'ਤੇ ਆਉਣ ਕਰਕੇ ਬੰਦਾ ਦਿਖਾਉਂਦਾ ਹੈ ਨਾ ਅੱਜ ਕੱਲ੍ਹ ਚੱਲਿਆ ਹੀ ਹੋਇਆ ਸਾਰੇ ਪਾਸੇ ਹੈ ਨਾ ਅਤੇ ਅਸੀਂ ਵੀ ਸੋਚਿਆ ਸੀ ਜਦੋਂ 3-4 ਸਾਲ ਪਹਿਲਾਂ ਬਈ ਸਾਡਾ ਚੈਨਲ ਬਹੁਤ ਪੁਰਾਣਾ ਕਿਉਂ ਹਾਂ ਆਪਣਾ ਗੈਪ ਤਾਂ 2 ਸਾਲ ਬੰਦ ਅਸੀਂ ਸਾਡਾ ਚੈਨਲ ਬਹੁਤ ਪੁਰਾਣਾ ਸੀ ਬੜੀ ਡੈਡੀਕੇਸ਼ਨ ਨਾਲ ਲੱਗੇ ਸੀਗੇ ਇਹਨੂੰ ਵਲੌਗਿੰਗ ਕਰਨ ਅਤੇ ਕੀਤੀ ਵੀ ਆ ਦੇਖਿਓ ਪੁਰਾਣੇ ਵਲੌਗ ਸਾਡੇ ਬੜੇ ਐਨ ਪੂਰਾ ਪ੍ਰੋਗਰਾਮ ਬਣਾ ਕੇ ਅਸੀਂ ਬਾਹਰ ਵੀ ਜਾਂਦੇ ਹਾਂ ਅਗਰ ਤੁਸੀਂ ਸਾਡੇ ਪ੍ਰੀਵੀਅਸ ਵਲੌਗ ਸਟਾਰਟਿੰਗ ਦੇ ਦੇਖੋਗੇ ਤਾਂ ਉੱਥੇ ਉਹਦੇ ਵਿੱਚ ਕੰਟੈਂਟ ਹੀ ਆ ਪਰ ਮਤਲਬ ਅਸੀਂ ਬਾਹਰ ਹੀ ਜਾਂਦੇ ਸੀ ਐਕਸਪਲੋਰ ਕਰਨ ਨਵੀਂ ਨਵੀਆਂ ਲੋਕੇਸ਼ਨਸ ਹੈ ਅਤੇ ਫਿਰ ਆਪਾਂ ਥੋੜ੍ਹਾ ਬਿਜ਼ਨਸ ਦੇ ਵਿੱਚ ਆ ਗਏ ਦੁਬਈ ਦੇ ਵਿੱਚ ਜਦੋਂ ਬੰਦਾ ਆਪਦਾ ਕੰਮ ਧੰਦਾ ਤੋਰਦਾ ਵਾ ਉਹ ਫਿਰ ਸਾਰਾ ਕੁਛ ਭੁੱਲਣਾ ਪੈਂਦਾ ਇੱਧਰਲਾ ਉੱਧਰਲਾ ਉਦੋਂ ਸਾਨੂੰ ਟਾਈਮ ਨਹੀਂ ਮਿਲਦਾ ਸੀਗਾ ਅਤੇ ਵੀ ਅਸੀਂ ਟਾਈਮ ਕੱਢ ਕੇ ਕੋਈ ਵਲੌਗ ਕਰ ਲਈਏ ਕਿਉਂਕਿ ਇਹਦੇ ਲਈ ਸਾਨੂੰ ਇੱਕ ਟਾਈਮ ਚਾਹੀਦਾ ਕਮ ਸੇ ਕਮ ਵੀ ਡੇ ਦੇ ਵਿੱਚ ਤੁਸੀਂ ਕੈਮਰਾ ਔਨ ਕਰਕੇ ਸਾਰੀ ਚੀਜ਼ ਨੂੰ ਐਕਸਪਲੇਨ ਕਰਦੇ ਹੋ ਹੈ ਨਾ ਇੱਕ ਟਾਈਮ ਚਾਹੀਦਾ ਇਹ ਵੀ ਇੱਕ ਡਿਊਟੀ ਆ ਇਹ ਵੀ ਇੱਕ ਜੋਬ ਆ ਹੈ ਨਾ ਕਰਨੀ ਅਤੇ ਇੱਕ ਟਾਈਮ ਦੇ ਵਿੱਚ 2 ਜੋਬਾਂ ਨਹੀਂ ਹੋ ਸਕਦੀਆਂ ਸੀਗੀਆਂ ਤਾਂ ਸਾਡਾ ਚੈਨਲ 2019 ਦਾ ਬਣਿਆ ਹੋਇਆ ਅਤੇ ਹਾਂ 20 'ਚ ਬਣਿਆ ਨਹੀਂ 19 'ਚ ਬਣਿਆ 19 'ਚ 2019 ਦਾ ਬਣਿਆ ਹੋਇਆ ਚੈਨਲ ਆ ਅਤੇ ਲੇਕਿਨ ਇੰਨੀ ਜ਼ਿਆਦਾ ਮਤਲਬ ਗਰੋਥ ਨਹੀਂ ਹੋਈ ਕਿਉਂਕਿ ਆਪਾਂ ਗੈਪ 3 ਸਾਲ ਦਾ ਪਾਤਾ ਸੀਗਾ ਵਿੱਚ ਹਾਂ 2023 'ਚ ਸਟਾਰਟ ਕੀਤਾ ਫਿਰ 2023 'ਚ ਡਾਇਰੈਕਟ ਅਸੀਂ ਕੰਟੀਨਿਊ ਹੋਏ ਹਾਂ ਕਿਉਂਕਿ ਫੁੱਲ ਫੋਕਸ ਫੁੱਲ ਟਾਈਮ ਸਾਡਾ ਬਿਜ਼ਨਸ ਦੇ ਵਿੱਚ ਅਤਰਾ ਚੜ੍ਹਾ ਜ਼ਿੰਦਗੀ ਦੇ ਖਾਮੋਸ਼ੀਆਂ ਖੁਸ਼ੀਆਂ ਸਾਰੀਆਂ ਮੱਦੇਨਜ਼ਰ ਰੱਖਦੇ ਹੋਏ ਉਹ ਟਾਈਮ ਅਸੀਂ ਐਂ ਕੱਢਿਆ ਅਤੇ ਹੁਣ ਦੁਬਾਰਾ ਆਹ 2023 ਦੇ ਵਿੱਚ ਸਟਾਰਟ ਕੀਤੇ ਅਸੀਂ ਵਲੌਗ ਕੰਟੀਨਿਊ ਅਤੇ ਇਹ ਸਾਡੀ ਸਟੋਰੀ ਆ ਪ੍ਰੀਵੀਅਸਲੀ ਇਹ ਨਾ ਸੋਚੋ ਕਿ ਵੀ ਕੰਟੈਂਟ ਨਹੀਂ ਆ ਰਿਹਾ ਕੰਟੈਂਟ ਲਈ ਟਾਈਮ ਚਾਹੀਦਾ ਅਤੇ ਪੈਸੇ ਤਾਂ ਚੱਲ ਕੋਈ ਟੈਨਸ਼ਨ ਨਹੀਂ ਉਹਦਾ ਲੱਗਣਾ ਹੀ ਲੱਗਣਾ ਵਾ ਹੈ ਨਾ ਅਤੇ ਉਹ ਅਸੀਂ ਹੁਣ ਅੱਗੇ ਕੈਰੀ ਔਨ ਕਰਾਂਗੇ ਹਾਲੇ ਹੋਰ ਅਸੀਂ ਸਟੇਬਲ ਹੋ ਰਹੇ ਹਾਂ ਮਤਲਬ ਤਾਂ ਜੋ ਉਹ ਸਪੈਸੀਫਿਕ ਟਾਈਮ ਕੱਢ ਸਕੀਏ ਹੈ ਨਾ ਜਾ ਕੇ ਬਾਹਰ ਐਨੀਥਿੰਗ ਵਾਂਟ ਟੂ ਸੇ ਓਕੇ ਗਾਈਸ ਹੁਣ ਬੱਚੇ ਗਏ ਅੰਦਰ ਅਤੇ ਮੈਂ ਅੰਦਰ ਜਾ ਕੇ ਉਹਨਾਂ ਦੀ ਸਾਰੀ ਸੈਟਅਪ ਕਰਵਾ ਦਾਂ ਵਾਹ ਵਾਹ ਕਰਾਟੇ ਖੇਡ ਦੋ ਕੀ ਕੱਢਣ ਕੀ ਲੱਗਾ ਬਰੂਸ ਦੀ ਨਾ ਦੂਜਾ ਆਪਾਂ ਪੁਰਾਣਾ ਪੁਰਾਣਾ ਹੈ ਇਹ ਜਾਲੀ ਨੋਟ ਨਹੀਂ ਮਾਰਾ ਕੱਢ ਕੱਢ ਮਾਰ ਦੂਜਾ ਨੋਟ ਕੱਢ ਕੇ ਪਾਉਣਾ ਯਾਰ ਕੱਪੜੇ ਤੋਂ ਧੋਂਦਾ ਨੀ ਉਹਨੂੰ ਮੈਲ ਲੱਗੀ ਹੋਈ ਆ ਹੁਣ ਅਸੀਂ ਟਰਾਈ ਕੀਤਾ ਦੂਜੀ ਮਸ਼ੀਨ ਦੂਜੀ ਮਸ਼ੀਨ ਲੈ ਲੈਂਦੀ ਆ ਓਲਡ ਨੋਟ ਅਤੇ ਹੁਣ ਨਵਾਂ ਨੋਟ ਲੈ ਲੈਂਦੀ ਆ ਵਾਧੂ ਚਲਾਉਣ ਆਪਾਂ ਇਹ 'ਚ ਬਾਲ ਪੀਵਾਂਗੇ ਕੌਫੀ ਦੱਬਦੇ ਹਾਂ ਸਲੋ ਮੈਂ
ਦੁਬਾਰਾ ਦਾ ਕੈਪਚਰ ਨੂੰ ਯੈਸ ਮੇਰੀ ਦੁਆ ਵੀ ਲੈ ਨਹੀਂ ਦੋ ਕੱਪ ਹੋਰ ਚਾਹੀਦੇ ਆ ਰੁਪਈਏ ਤਾਂ ਤੇਰੇ ਕੋਲ ਪੂਰੇ ਹੋਰ ਠੀਕ ਕੱਢੀ ਆ ਤੂੰ ਕੱਢ ਲੈ ਮੈਂ ਜਾਣਾ ਓਕੇ ਬਾਬਾ ਤੂੰ ਵੀ ਤਾਂ ਰੋਂਦੀ ਸੀ ਕਹਿੰਦੀ ਕਿੰਨੇ ਬੱਚੇ ਰੋਲੇ ਰੋ ਰਹੇ ਹੋਰਾਂ ਤਾਂ ਮੈਡੀਸਨ ਪਿਲਾਉਣੀ ਸੀਗੀ ਉੱਥੇ ਰੋਣ ਲੱਗ ਗਈ ਪਰ ਕਿੱਧਰ ਨੂੰ ਜਾਵਾਂ ਦੁਆ ਕਹਿ ਦੇ ਦੀਦੀ ਅਤੇ ਆਪਾਂ ਦੀਦੀ ਮਤਲਬ ਅਸੀਂ ਚੌੜ ਕਰ ਦਿੰਦੇ ਜਦੋਂ ਹੱਥ 'ਚ ਕੋਈ ਚਾਹ ਪਾਣੀ ਬਹੁਤ ਔਖੀ ਚਾਹ ਲਈ ਆ ਲੇਕਿਨ ਆਪਾਂ ਹੋਸਪਿਟਲ ਆ ਗਏ ਹਾਂ ਅਤੇ ਇਹ ਵਾਇਰਲ ਆਪਾਂ ਨੂੰ ਵੀ ਚੁੰਬੜ ਸਕਦਾ ਆਪ ਤੋਂ ਦੂਰ ਹੋਈ ਆਪ ਤੋਂ ਉੱਧਰ ਰਹਿ ਪਰ ਆਪ ਸਾਡੇ ਕੋਲ ਹੋਸਪਿਟਲ ਦਾ ਕੋਈ ਦੱਸ ਹੈ ਨਹੀਂ ਮਿਲਿਆ ਸਾਨੂੰ ਇੱਥੇ ਇੰਨਾ ਅਤੇ ਜਲਦੀ ਨੰਬਰ ਲੱਗ ਗਿਆ ਫ੍ਰੀ ਹੋ ਗਏ ਹਾਂ ਮੈਡੀਸਨ ਲੈਣੀ ਫਿਰ ਚੱਲੇ ਚਾਹ ਪੀਣ ਨੂੰ ਟਾਈਮ ਲਾ ਰਹੇ ਹਾਂ ਇੱਥੇ ਬੈਠੇ ਸਰ ਚਾਹ ਪੀਣ ਲਈ ਨਹੀਂ ਤਾਂ ਬਸ ਉਹੀ ਦੁਆ ਕਿ ਅਗਰ ਹੋਸਪਿਟਲ ਬੰਦਾ ਆਵੇ ਤਾਂ ਅਸੀਂ ਵਾਇਰਲ ਸਰਵੇ ਕਰਕੇ ਆਵੇ ਕੋਈ ਸੀਰੀਅਸ ਮੈਟਰ ਨਾ ਹੋਵੇ ਪਿਛਲਾ ਸਾਲ ਸਾਡਾ ਲੰਘਿਆ ਅਤੇ ਬੰਦਾ ਇੱਥੇ ਬਹਿ ਕੇ ਭਾਈ ਗੱਲ ਕਰਾਂਗੇ ਕੀ ਹੋਇਆ ਸੀ ਕੀ ਨਹੀਂ ਹੈ ਨਾ ਬਈ ਜ਼ਰੂਰੀ ਹੈ ਨਾ ਲੋਕਾਂ ਨੂੰ ਅਵੇਅਰਨੈਸ ਦੇਣਾ ਹੈ ਨਾ ਵੀ ਨਵੀਂ ਜੀ ਚੀਜ਼ ਹੈ ਕੀ ਚੀਜ਼ ਹੈ ਕਿਉਂਕਿ ਗੱਲ ਅੱਜ ਤੁਸੀਂ ਅੱਜ ਨਹੀਂ ਦੱਸਿਆ ਇੱਕ ਹੋਰ ਕੁੜੀ ਨੂੰ ਹੋ ਗਿਆ ਕੈਨੇਡਾ ਦੇ ਵਿੱਚ ਇਹ ਚੀਜ਼ ਅਵੇਅਰਨੈਸ ਨਹੀਂ ਹੈਗੀ ਲੋਕਾਂ ਨੂੰ ਮੈਨੂੰ ਲੱਗਦਾ